ਲੋ ਸੱਜਣੋ ਤੇ ਮਿੱਤਰੋ, ਫੈਸਲਾਬਾਦ ਦੇ ਵਿੱਚ ਬੜਾ ਅਫਸੋਸਨਾਕ ਵਾਕਿਆ ਪੇਸ਼ ਆ ਗਿਆ ਕਿ ਬਿਜਲੀ ਦਾ 30,000 ਬਿੱਲ ਆਉਣ ਦੀ ਵਜ੍ਹਾ ਤੋਂ ਜਨਾਬ ਘਰ ਦੇ ਸਰਬਰਾ ਨੇ ਟ੍ਰੇਨ ਥੱਲੇ ਆ ਕੇ ਖੁਦਕੁਸ਼ੀ ਕਰ ਲਈ। ਵਾਕਿਆ ਕੁਛ ਇਸ ਤਰ੍ਹਾਂ ਪੇਸ਼ ਆਉਂਦਾ ਹੈ ਕਿ ਜਨਾਬ ਫਿਦਾ ਹੁਸੈਨ ਇੱਕ ਆਮ ਮਜ਼ਦੂਰ ਹੈ, ਮਿਹਨਤ ਕਸ਼ ਹੈ, ਮਿਹਨਤ ਕਰਦਾ ਔਰ ਮਿਹਨਤ ਕਰਕੇ ਆਪਣੇ ਬੀਵੀ ਬੱਚਿਆਂ ਦਾ ਪੇਟ ਪਾਲਦਾ ਹੈ। ਜਨਾਬ ਗਰਮੀ ਦੇ ਵਿੱਚ ਬਿਜਲੀ ਦੇ ਬਿੱਲ ਹਰ ਬੰਦੇ ਨੂੰ ਤੁਹਾਨੂੰ ਪਤਾ ਕਿੰਨੇ ਆਏ, ਹਰ ਬੰਦਾ ਹੀ ਬਿਜਲੀ ਦੇ ਬਿੱਲ ਲੈ ਕੇ ਪਰੇਸ਼ਾਨ ਸੀ ਔਰ ਹਰ ਬੰਦਾ ਕਿਸੇ ਕੋਲ ਪੈਸਾ ਫੜ ਕੇ ਬਿੱਲ ਜਮ੍ਹਾਂ ਕਰਵਾ ਰਿਹਾ ਸੀ। ਅਤੇ ਇਸ ਤਰ੍ਹਾਂ ਹੀ ਜਨਾਬ ਫਿਦਾ ਹੁਸੈਨ ਬਹੁਤ ਹੀ ਇੱਕ ਮਾੜੇ ਘਰ ਤੋਂ ਰਹਿਣ ਵਾਲਾ ਸੀ, ਕੋਈ ਬੱਚੇ ਛੋਟੇ ਛੋਟੇ, ਘਰ ਦਾ ਮਤਲਬ ਨਿਜ਼ਾਮ ਬਹੁਤ ਮੁਸ਼ਕਿਲ ਹੋ ਜਾਂਦਾ ਸੀ। ਜਨਾਬ ਬਿਜਲੀ ਦੇ ਬਿੱਲ ਵਾਸਤੇ ਕਾਫੀ ਲੋਕਾਂ ਅੱਗੇ ਮਿੰਤਰਲਾ ਪਾਇਆ ਕਿ ਮੈਨੂੰ ਥੋੜ੍ਹੇ ਬਹੁਤੇ ਕੋਈ ਪੈਸੇ ਦੇ ਦਿਓ, ਪੈਸੇ ਦੇ ਕੇ ਮੈਂ ਬਿਜਲੀ ਦਾ ਬਿੱਲ ਜਮ੍ਹਾਂ ਕਰਵਾ ਰਹਾ, ਲੇਕਿਨ ਕਿਸੇ ਨਾ ਉਹਦੀ ਇੱਕ ਨਾ ਸੁਣੀ। ਖੈਰ ਉਹ ਫਿਰ ਕੀ ਕਰਦਾ ਜਦੋਂ ਕੋਈ ਹੱਥ ਵਸ ਦੇ ਵਿੱਚ ਕੁਛ ਨਾ ਹੋਵੇ, ਬਿਜਲੀ ਦਾ ਬਿੱਲ ਦੇਣਾ, ਘਰ ਦਾ ਖਰਚਾ ਕਿੱਥੋਂ ਪੂਰਾ ਕਰੇ, ਗਰੀਬ ਬੰਦਾ ਕਿੱਥੋਂ ਪੂਰਾ ਕਰੇ। ਜਨਾਬ ਉਹਨਾਂ ਨੇ ਕੀ ਕੀਤਾ, ਅੱਜ ਬਿਜਲੀ ਦਾ ਬਿੱਲ ਉਹਨਾਂ ਦੀ ਜੇਬ ਦੇ ਵਿੱਚੋਂ ਨਿਕਲਿਆ, ਜਨਾਬ ਉਹਨਾਂ ਨੇ ਟ੍ਰੇਨ ਥੱਲੇ ਆ ਕੇ ਅੱਜ ਖੁਦਕੁਸ਼ੀ ਕਰ ਲਈ। ਝੁਮਰੇ ਦਾ ਇਲਾਕਾ ਹੈ, ਉਹਦੇ ਵਿੱਚ ਜਨਾਬ ਉਹ ਰਹਿਣ ਵਾਲਾ ਸੀਗਾ ਔਰ ਅੱਜ ਜਨਾਬ ਉਹਨੇ ਆਪਣੀ ਜ਼ਿੰਦਗੀ ਦਾ ਖਤਮ ਕਰ ਲਿਆ। ਤੇ ਹਕੂਮਤ ਨੂੰ ਜ਼ਰਾ ਵੀ ਇਸ ਗੱਲ ਦਾ ਫਰਕ ਨਹੀਂ ਪੈਣਾ, ਇੱਕ ਛੱਡ ਕੇ ਭਾਵੇਂ ਪੂਰਾ ਪਾਕਿਸਤਾਨ ਹੀ ਖੁਦਕੁਸ਼ੀਆਂ ਕਰਕੇ ਮਰ ਜਾਵੇ, ਲੇਕਿਨ ਹਕੂਮਤ ਨੂੰ ਫਰਕ ਨਹੀਂ ਪੈਣਾ, ਕਿਉਂਕਿ ਹਕੂਮਤ ਨੇ ਆਪਣੀਆਂ ਮਹਿੰਗੀਆਂ ਗੱਡੀਆਂ ਚਲਾਉਣੀਆਂ ਨੇ, ਹਕੂਮਤ ਨੇ ਹਰ ਉਹ ਕੰਮ ਕਰਨਾ ਹੈ ਜਿਹੜਾ ਉਹਨਾਂ ਨੂੰ ਜ਼ਰੂਰਤ ਹੈ। ਉਹਨਾਂ ਨੂੰ ਕੀ ਫਰਕ ਲੱਗੇ ਕਿਸੇ ਬੰਦੇ ਮਾੜੇ ਬੰਦੇ ਦਾ 30,000 ਬਿੱਲ ਆ ਗਿਆ ਜਾਂ 20,000 ਬਿੱਲ ਆ ਗਿਆ। ਜਿਸ ਬੰਦੇ ਦੀ ਮਹੀਨੇ ਦੀ ਤਨਖਾਹ 25,000 ਤਨਖਾਹ ਹੋਵੇਗੀ, ਉਹਨੂੰ 30,000 ਬਿਜਲੀ ਦਾ ਬਿੱਲ ਆ ਜਾਏਗਾ, ਉਹ ਕੀ ਕਰੇਗਾ? ਤੁਸੀਂ ਆਪ ਫੈਸਲਾ ਕਰੋ, ਉਹ ਕਿੱਥੇ ਜਾਵੇਗਾ, ਕਿਹਦੇ ਕੋਲੋਂ ਮਿੰਤਰਲਾ ਪਾਵੇਗਾ ਕਿ ਭਾਈ ਤੇਰੀ ਮਿਹਰਬਾਨੀ ਕੋ 1,500 ਮੈਨੂੰ ਦੇ ਦੇ, ਮੈਂ ਬਿਜਲੀ ਦਾ ਬਿੱਲ ਜਮ੍ਹਾਂ ਕਰਵਾਉਣਾ। 30,000 ਰੁਪਇਆ ਬਿਜਲੀ ਦੇ ਬਿੱਲ ਦੀ ਵਜ੍ਹਾ ਤੋਂ ਅੱਜ ਫਿਦਾ ਹੁਸੈਨ ਨੇ ਆਪਣੀ ਜ਼ਿੰਦਗੀ ਖਤਮ ਕਰ ਲਈ। ਇਸ ਗੱਲ ਦਾ ਬੜਾ ਦੁੱਖ ਹੈ, ਲੇਕਿਨ ਕਿਸੇ ਨੂੰ ਕੋਈ ਫਰਕ ਨਹੀਂ ਪਵੇਗਾ। ਖੈਰ ਇੱਦਾਂ ਦੇ ਕਈ ਵਾਕਿਆਤ ਆਉਂਦੇ ਜਾਂਦੇ ਰਹਿੰਦੇ, ਹਰ ਰੋਜ਼ ਅਸੀਂ ਵਾਕਿਆ ਪੇਸ਼ ਕਰਦੇ ਹਾਂ ਕਿ ਫਲਾਂ ਬੰਦਾ ਪੈਸਿਆਂ ਦੀ ਖਾਤਰ ਮਰ ਗਿਆ, ਫਲਾਂ ਬੰਦਾ ਪੈਸਿਆਂ ਦੀ ਖਾਤਰ ਮਰ ਗਿਆ, ਲੇਕਿਨ ਮਹਿੰਗਾਈ ਜਿੱਦਾਂ ਜਿੱਦਾਂ ਵਧੀ ਜਾਂਦੀ ਹੈ, ਲੋਕ ਖੁਦਕੁਸ਼ੀਆਂ ਕਰਨ 'ਤੇ ਆਏ ਰੋਜ਼ ਮਜਬੂਰ ਹੁੰਦੇ ਜਾਂਦੇ ਆ। ਹਕੂਮਤ ਨੂੰ ਥੋੜ੍ਹਾ ਜਿਹਾ ਕੁਛ ਸ਼ਰਮ ਆਉਣੀ ਚਾਹੀਦੀ ਆ ਕਿ ਗਰੀਬਾਂ ਵਾਸਤੇ ਕੁਝ ਸੋਚੋ।